ਸਤਿ ਸ਼੍ਰੀ ਅਕਾਲ, ਐਸ ਐਮ ਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ। ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ। ਸਜ਼ਾ ਦੇ ਬਾਵਜੂਦ ਅਮਨ ਅਰੋੜਾ ਨੂੰ ਮੰਤਰੀ ਬਣਾ ਰੱਖਣ ਤੇ ਰਾਜਪਾਲ ਨੇ ਉਠਾਏ ਸਵਾਲ, ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗੀ ਰਿਪੋਰਟ। ਰਿਟਾਇਰਮੈਂਟ ਤੋਂ 2 ਦਿਨ ਪਹਿਲਾਂ ਪਾਵਰਕਾਮ ਦਾ ਸਹਾਇਕ ਜੇਈ ਗੁਰਦੀਪ ਸਿੰਘ ਹਲਕਾ ਬਰਨਾਲਾ ਨੂੰ ਕੀਤਾ ਬਰਖਾਸਤ, 4.21 ਕਰੋੜ ਰੁਪਏ ਦੇ ਘਪਲੇ ਦਾ ਲੱਗਾ ਦੋਸ਼। ਲੁਧਿਆਣਾ ਚ ਇੱਕ ਵਿਅਕਤੀ ਨੂੰ ਜ਼ਖਮੀ ਦੀ ਮਦਦ ਕਰਨੀ ਪਈ ਮਹਿੰਗੀ, ਮਦਦਗਾਰ ਨੂੰ ਹਸਪਤਾਲ ਵਾਲਿਆਂ ਨੇ ਨਹੀਂ ਜਾਣ ਦਿੱਤਾ ਵਾਪਸ, ਸੱਦ ਲਈ ਪੁਲਿਸ। ਜਲੰਧਰ ਦੇਹਾਤੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 63 ਕਿਲੋ ਅਫੀਮ ਸਣੇ 4 ਸਮਗਲਰ ਕੀਤੇ ਗ੍ਰਿਫਤਾਰ। ਲੁਧਿਆਣਾ ਦੇ ਤਾਜਪੁਰ ਰੋਡ ਤੇ ਪੰਜਾਬ ਐਂਡ ਸਿੰਧ ਬੈਂਕ ਚ ਲੁਟੇਰਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼, ਗੁਆਂਢੀਆਂ ਦੇ ਸ਼ੋਰ ਪਾਉਣ ਤੇ ਭੱਜੇ ਲੁਟੇਰੇ, ਸੀਸੀਟੀਵੀ ਚ ਕੈਦ ਹੋਈ ਘਟਨਾ। ਪੰਜਾਬ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ, 10 ਡਿਗਰੀ ਤੱਕ ਡਿੱਗਿਆ ਪਾਰਾ। ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, 8 ਜਨਵਰੀ ਤੱਕ ਸੰਘਣੀ ਧੁੰਦ ਦੀ ਚੇਤਾਵਨੀ। ਪੰਜਾਬ ਦੇ ਆਂਗਨਵਾੜੀ ਕੇਂਦਰਾਂ ਚ ਵਧਾਈਆਂ ਗਈਆਂ ਛੁੱਟੀਆਂ, ਕੜਾਕੇ ਦੀ ਪੈਰੀ ਠੰਡ ਕਰਕੇ ਲਿਆ ਫੈਸਲਾ। ਸਿੱਖਿਆ ਵਿਭਾਗ ਦੀ ਕਾਰਵਾਈ, ਅੰਮ੍ਰਿਤਸਰ ਦੇ ਮਜੀਠਾ ਸਥਿਤ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨਾਲ ਗੰਦੀਆਂ ਹਰਕਤਾਂ ਕਰਨ ਵਾਲਾ ਸਕੂਲ ਟੀਚਰ ਰਾਕੇਸ਼ ਕੁਮਾਰ ਨੂੰ ਕੀਤਾ ਸਸਪੈਂਡ। ਲੁਧਿਆਣਾ ਨਗਰ ਨਿਗਮ ਦੇ ਇੰਸਪੈਕਟਰ ਸਮੇਤ 7 ਤੇ ਮਾਮਲਾ ਦਰਜ, 1.75 ਕਰੋੜ ਦੇ ਗਬਨ ਦਾ ਮਾਮਲਾ, 12 ਬਾਕੀ ਸਾਥੀਆਂ ਨੂੰ ਨੋਟਿਸ ਜਾਰੀ। ਵਿਧਾਇਕ ਗੋਗੀ ਨੇ ਕਿਹਾ, ਨਹੀਂ ਬਖਸ਼ੇ ਜਾਣਗੇ ਮਗਰਮੱਛ ਤੇ ਘੜਿਆਲ। SGPC ਨੇ ਲਿਆ ਅਹਿਮ ਫੈਸਲਾ, ਗ੍ਰੰਥੀ ਸਿੰਘਾਂ, ਰਾਗਿਆ ਤੇ ਗੁਰੂ ਸਾਹਿਬ ਦੀ ਹਜ਼ੂਰੀ ਚ ਡਿਊਟੀ ਕਰਨ ਵਾਲਿਆਂ ਦਾ ਹੋਵੇਗਾ ਡਰੈਸ ਕੋਡ। ਨਸ਼ੇ ਚ ਟੱਲੀ ਕਾਂਸਟੇਬਲ ਨੇ 6 ਵਾਹਨਾਂ ਚ ਮਾਰੀ ਆਪਣੀ ਕਾਰ, ਲੋਕਾਂ ਨੇ ਝਾੜਿਆ ਕੁਟਾਪਾ, ਪੁਲਿਸ ਕਮਿਸ਼ਨਰ ਨੇ ਕੀਤਾ ਸਸਪੈਂਡ। ਲਾਰੈਂਸ ਬਿਸ਼ਨੋਈ ਤੇ ਕਾਲਾ ਰਾਣਾ ਗੈਂਗ ਦਾ ਸ਼ਾਰਪ ਸ਼ੂਟਰ ਗ੍ਰਿਫਤਾਰ, ਅਤਿਆਧੁਨਿਕ ਹਥਿਆਰ ਤੇ ਕਾਰਤੂਸ ਬਰਾਮਦ। ਮਹਾਦੇਵ ਬੈਟਿੰਗ ਐਪ 1500 ਕਰੋੜ ਦੇ ਫਰਾਡ ਮਾਮਲੇ ਚ SIT ਨੂੰ ਮਿਲੀ ਸਫਲਤਾ, ਆਰੋਪੀ ਦੀਕਸ਼ਤ ਕੋਠਾਰੀ ਨੂੰ ਕੀਤਾ ਗ੍ਰਿਫਤਾਰ। ਰਾਸ਼ਨ ਘਪਲੇ ਚ TMC ਨੇਤਾ ਗ੍ਰਿਫਤਾਰ, ਰੇਡ ਮਾਰਨ ਗਈ ED ਟੀਮ ਤੇ ਕੱਲ ਪਾਰਟੀ ਸਮਰਥਕਾਂ ਨੇ ਕੀਤਾ ਸੀ ਹਮਲਾ। ਤੇਲੰਗਾਨਾ ਵਿੱਚ ਇੱਕ ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਚ ਆਉਣ ਨਾਲ ਆਟੋ ਰਿਕਸ਼ਾ ਚ ਬੈਠੇ ਬੱਚੇ ਸਮੇਤ 5 ਲੋਕਾਂ ਦੀ ਮੌਕੇ ਤੇ ਹੀ ਹੋਈ ਮੌਤ। ਦਿੱਲੀ ਦੇ ਹਸਪਤਾਲਾਂ ਚ ਕੱਟਿਆ ਦਵਾਈਆਂ ਦੀ ਹੋਵੇਗੀ CBI ਜਾਂਚ, ਉਪ ਰਾਜਪਾਲ ਦੀ ਸਿਫਾਰਿਸ਼ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਤਾ ਹੁਕਮ। ਲੁਧਿਆਣਾ ਪੁਲਿਸ ਦਾ ਨਵਾਂ ਉਪਰਾਲਾ, PCR ਵਾਹਨ ਕੈਮਰਿਆਂ ਨਾਲ ਹੋਏ ਲੈਸ, ਖਾਕੀ ਨੂੰ ਹੱਥ ਪਾਉਣ ਵਾਲਿਆਂ ਦੀ ਖੈਰ ਨਹੀਂ। ਇਰਾਨੀ ਨੇਤਾਵਾਂ ਨੇ ਧਮਾਕੇ ਦਾ ਬਦਲਾ ਲੈਣ ਦਾ ਲਿਆ ਸੰਕਲਪ, ਰਾਸ਼ਟਰਪਤੀ ਰਾਇਸੀ ਨੇ ਕਿਹਾ, ਕਾਰਵਾਈ ਦੀ ਤਰੀਕ ਤੈਅ ਕਰਨਗੇ ਸੁਰੱਖਿਆ ਬਲ। ਹੁਣ ਨੌਜਵਾਨ ਨਹੀਂ ਖਰੀਦ ਸਕਣਗੇ ਅਮਰੀਕਾ ਚ ਬੰਦੂਕ, ਜਨਤਕ ਥਾਵਾਂ ਤੇ ਫਾਇਰਿੰਗ ਤੋਂ ਸਰਕਾਰ ਨੇ ਬਾਅਦ ਲਿਆ ਫੈਸਲਾ। ਕੈਨੇਡਾ ਤੋਂ ਦੁਖਦਾਈ ਖਬਰ, ਸੰਗਰੂਰ ਦੇ ਨੌਜਵਾਨ ਦੀ ਕੈਨੇਡਾ ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ, ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ। ਬਣੇ ਰਹੋ SMZ ਨਿਊਜ਼ ਦੇ ਨਾਲ।